ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਕਟੇਸ਼ਨ ਸਪੀਡ 80 1 ਫਰਵਰੀ 2023 ਦਾ ਸੰਪਾਦਕੀ ਪੈਰਾ 200 ਸ਼ਬਦ ਪਹਿਲਾਂ ਕਰਾਂਗੇ 200 ਸ਼ਬਦ 2 ਮਿੰਟ ਦੀ ਬ੍ਰੇਕ ਤੋਂ ਬਾਅਦ ਕਰਾਂਗੇ ਹੋਰ ਵੀ ਡਿਕਟੇਸ਼ਨ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਹਾਂਜੀ ਰੈਡੀ ਆ ਤੁਸੀਂ ਅੱਜ ਦੀ ਡਿਕਟੇਸ਼ਨ ਆਪਾਂ ਕਰੀਏ ਸਟਾਰਟ ਹਾਂਜੀ ਸਟਾਰਟ ਬਜਟ ਇਜਲਾਸ ਦੀ ਸ਼ੁਰੂਆਤ ਕਰਦੇ ਹਾਂ ਸੰਸਦ ਦੇ ਦੋਵਾਂ ਸਦਨਾਂ ਨੂੰ ਇਕੱਠੇ ਰੂਪ ਵਿੱਚ ਸੰਬੋਧਨ ਕਰਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੋ ਵੱਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਦਾ ਵਿਸਤਾਰਪੂਰਵਕ ਵਰਣਨ ਕੀਤਾ ਗਿਆ ਹੈ। ਡੰਡੀ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਪਹਿਲੀ ਤੇ ਮਾਯੂਦਾ ਸਰਕਾਰ ਨੂੰ ਸ਼ਾਸਨ ਚਲਾਉਂਦੇ ਆ 9 ਸਾਲ ਦੇ ਲਗਭਗ ਸਮਾਂ ਹੋ ਚੁੱਕਾ ਹੈ ਡੰਡੀ ਬਿਨਾ ਸ਼ੱਕ ਇਸ ਸਮੇਂ ਦੌਰਾਨ ਜਿੱਥੇ ਭਾਰਤ ਵੱਲੋਂ ਕੀਤੀਆਂ ਵੱਡੀਆਂ ਪ੍ਰਾਪਤੀਆਂ ਨੂੰ ਗਿਣਾਇਆ ਜਾ ਸਕਦਾ ਹੈ ਉਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰਕਾਰ ਦੀ ਪਹੁੰਚ ਆਮ ਲੋਕਾਂ ਤੱਕ ਵੀ ਹੋਈ ਹੈ ਜਿਸ ਵਿੱਚ ਗੈਸ ਸਪਲਾਈ ਲੈ ਕੇ ਪਖਾਨਿਆਂ ਤੱਕ ਦਾ ਵਿਸਤਾਰ ਦਿੱਤਾ ਜਾ ਸਕਦਾ ਹੈ ਡੰਡੀ ਇਸ ਦੇ ਨਾਲ ਹੀ ਸਿਹਤ ਦੇ ਖੇਤਰ ਵਿੱਚ ਆਯੂਸ਼ਮਾਨ ਯੋਜਨਾ ਅਤੇ ਕੋਵਿਡ ਦੀ ਮਹਾਮਾਰੀ ਤੇ ਕਾਬੂ ਪਾਉਣ ਲਈ ਟੀਕਾਕਰਨ ਦੀ ਮੁਹਿੰਮ ਤੋਂ ਲੈ ਕੇ ਗਰੀਬ ਕਲਿਆਣ ਅਨ ਯੋਜਨਾ ਤੱਕ ਸਰਕਾਰ ਦੀਆਂ ਪ੍ਰਾਪਤੀਆਂ ਦਾ ਯਕਰ ਕਰਨਾ ਬਣਦਾ ਹੈ ਡੰਡੀ ਹੁਣ ਤੱਕ ਇਸ ਯੋਜਨਾ ਅਧੀਨ ਸਰਕਾਰ ਵੱਲੋਂ 3.5 ਲੱਖ ਕਰੋੜ ਦੀ ਰਕਮ ਖਰਚੀ ਗਈ ਹੈ ਡੰਡੀ ਇਸ ਦੇ ਨਾਲ ਹੀ ਪਿਛਲੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਨਰੇਗਾ ਯੋਜਨਾ ਨੂੰ ਵੀ ਯਾਰੀ ਰੱਖਿਆ ਗਿਆ ਹੈ ਜਿਸ ਵਿੱਚ 100 ਦਿਨ ਲਈ ਪਿੰਡਾਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਕੰਮ ਦਾ ਵਾਅਦਾ ਕੀਤਾ ਗਿਆ ਹੈ ਡੰਡੀ ਰਾਸ਼ਟਰਪਤੀ ਨੇ ਪਾਕਿਸਤਾਨ ਸਟਾਪ ਹਾਂਜੀ ਸਟਾਪ ਅਗਲੇ 200 ਸ਼ਬਦ ਬੋਲਦੇ ਹਾਂ ਰੈਡੀ ਹੋ ਹਾਂਜੀ ਸਟਾਰਟ ਵਿੱਚ ਪੁਲਵਾਮਾ ਦੇ ਘਟਨਾਕ੍ਰਮ ਦੇ ਪ੍ਰਤੀਕਰਮ ਵਜੋਂ ਕੀਤੀ ਗਈ ਸਰਜਿਕਲ ਸਟ੍ਰਾਈਕ ਅਤੇ ਪੂਰਬੀ ਲਦਾਖ ਵਿੱਚ ਚੀਨ ਸਾਹਮਣੇ ਸ਼ਕਤੀ ਨਾਲ ਖੜੇ ਹੋਣ ਦਾ ਜ਼ਿਕਰ ਵੀ ਆਪਣੇ ਭਾਸ਼ਣ ਵਿੱਚ ਕੀਤਾ ਹੈ ਡੰਡੀ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਨੇ ਆਪਣੇ ਹਮਲਾਵਰ ਭੇਜ ਕੇ ਜੰਮੂ ਕਸ਼ਮੀਰ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਸੀ ਪਰ ਇਸ ਦੇ ਬਾਵਜੂਦ ਭਾਰਤ ਇਸ ਖਿੱਤੇ ਨੂੰ ਮੁੜ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਡੰਡੀ ਪਰ ਕਸ਼ਮੀਰ ਵਿੱਚ ਪਾਕਿਸਤਾਨ ਦੀ ਅਸਿੱਧੇ ਜੰਗ ਵਿਰੁੱਧ ਮੋਦੀ ਸਰਕਾਰ ਨੇ ਦ੍ਰਿੜਤਾ ਦਿਖਾਈ ਹੈ ਡੰਡੀ ਤਾਰਾ 370 ਨੂੰ ਹਟਾਏ ਜਾਣ ਦਾ ਕਦਮ ਵੀ ਇਸ ਦੀ ਇੱਕ ਕੜੀ ਹੈ ਡੰਡੀ ਮੂਲੇ ਢਾਂਚੇ ਦੀ ਮਜ਼ਬੂਤੀ ਦੇ ਨਾਲ ਨਾਲ ਸਰਕਾਰੀ ਜੋਜ਼ਨਾਵਾਂ ਨੂੰ ਭ੍ਰਿਸ਼ਟਾਚਾਰ ਰਹਿਤ ਕਰਕੇ ਆਮ ਲੋਕਾਂ ਤੱਕ ਪਹੁੰਚਾ ਸਕਣਾ ਵੀ ਸਰਕਾਰ ਦੀ ਵੱਡੀ ਪ੍ਰਾਪਤੀ ਰਹੀ ਹੈ ਡੰਡੀ ਅਜਹੀਆਂ ਪ੍ਰਾਪਤੀਆਂ ਦਾ ਜ਼ਿਕਰ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਵਿਸਥਾਰ ਨਾਲ ਕੀਤਾ ਹੈ ਡੰਡੀ ਇਸ ਭਾਸ਼ਣ ਵਿੱਚ ਵੀ ਹੀ ਸਮੁੱਚੇ ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਅੱਗੇ ਵਧਣ ਦਾ ਸੁਨੇਹਾ ਹੈ ਪਰ ਇਸ ਮੁਹਾਜ ਤੇ ਸਰਕਾਰ ਪਛੜ ਗਈ ਦਿਖਾਈ ਦਿੰਦੀ ਹੈ ਡੰਡੀ ਪਿਛਲੇ ਸਾਲਾਂ ਵਿੱਚ ਬਹੁਤ ਸਾਰੇ ਅਜਿਹੇ ਕਟਨਾਕ੍ਰਮ ਸਾਹਮਣੇ ਆਏ ਹਨ ਜਿਨ੍ਹਾਂ ਨਾਲ ਸਮਾਜ ਵਿੱਚ ਵੰਡੀਆਂ ਪੈਦਾ ਹੋਈਆਂ ਹਨ ਡੰਡੀ ਲਗਾਤਾਰ ਅਜਿਹਾ ਸلسਲਾ ਚੱਲਦਾ ਰਿਹਾ ਹੈ ਜਿਸ ਨੇ ਬਹੁਤ ਸਾਰੇ ਵਰਗਾਂ ਵਿਚਕਾਰ ਨਫ਼ਰਤ ਨੂੰ ਜਨਮ ਦਿੱਤਾ ਹੈ ਡੰਡੀ ਜੇਕਰ ਸਮਾਜ ਨੇ ਅੱਗੇ ਸਟਾਪ